ਸ਼ਬਦ ਤੱਕ ਦੇ ਮਾਲਕ ਦੋ ਜਹਾਨ ਦੇ ਮਾਲੇ ਹਾਜ਼ਰ ਹੈ ਜੋ ਸਭ ਕਲਾ ਭਰਪੂਰ ਬਾਣੀ ਕੇ ਬੋਧ ਨਾਮ ਦੇ ਜਹਾਜ ਦਸਾਈ ਪਾਤਸ਼ਾਹ ਦੀ ਆਤਮਾ ਦੇ ਪ੍ਰਤੱਖ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਯੁੱਧਿਆ ਤੇ ਪਹੁੰਚ ਕਰ ਆਪ ਪੂਰਾ ਪੂਰਾ ਲਾਹਾ ਪ੍ਰਾਪਤ ਕਰਨ ਦੇ ਲਈ ਕੁਝ ਲਾਹਾ ਪ੍ਰਾਪਤ ਕਰਨ ਦੇ ਲਈ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਕਿਉਂਕਿ ਇਹ ਉਹ ਸਥਾਨ ਹੈ ਜਿਸ ਸਥਾਨ ਦੇ ਉੱਤੇ ਇਸ ਮਹਾਨ ਕੰਮ ਵਾਲੀ ਧਰਤੀ ਨੂੰ ਸ਼ਹੀਦਾਂ ਨੇ ਆਪਣੀ ਰੱਤ ਡੋਲ ਕੇ ਇੱਕ ਨਵਾਂ ਮੋੜ ਦਿੱਤਾ ਹੈ। ਕਿਤੇ 35,000 ਸਿੰਘ ਦੇ ਯਾਦ ਦੇ ਵਿੱਚ ਆਪ ਇਕੱਤਰ ਹੋ ਕੇ ਗੁਰੂ ਦੀ ਸਰਬਜ ਮਹਾਤਮ ਵਿੱਚ ਆਪਣੀਆਂ ਹਾਜ਼ਰੀਆਂ ਲਾ ਰਹੇ ਹੋ। ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ 7 ਤਰੀਕ ਤੱਕ ਬੇਅੰਤ ਮਹਾਂਪੁਰਸ਼ਾਂ ਨੇ ਢਾਡੀ ਪ੍ਰਚਾਰ ਮਿਸਰਾਂ ਨੇ ਹਾਲੀਆ ਭਰੀਆਂ ਸੇਵਾ ਦੀ ਭਾਵਨਾ ਲੈ ਕੇ ਆਪਣੇ ਜਦੀ ਤੰਦੋਰੀ ਅੰਦਰ ਗੁਰਦਾ ਵਿਰਾਗ ਗੁਰਦਾ ਪਿਆਰ ਸੰਭਾਲ ਕੇ ਰੱਖਿਆ। ਸੋ ਸਮਾਂ ਸਿੰਘ ਸਮਝਦੇ ਰਹਿੰਦੇ ਹੋਇਆ ਇਤਿਹਾਸ ਦੇ ਵਿੱਚ ਆਪ ਜੀ ਦੇ ਨਾਲ ਇੱਕ ਚੀਜ਼ ਕਹਿ ਕੇ ਖਿਮਾ ਦੇ ਜਾਜਕ ਹੋ ਜਾਣਾ ਜੜਤੌਲੀ ਵਾਲਾ ਕਥਾ ਜੁੜੇ ਜਾਣਾ ਸਭ ਹਾਸਮਾ ਪ੍ਰਾਪਤ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਉਸ ਅਕਾਲ ਪੁਰਖ ਦੀ ਫਤਿਹ ਨਾਲ ਜੁੜੀਏ। ਕਵੀ ਲਿਖਦਾ ਕਹਿੰਦਾ ਮਾਨ ਸੁਣ ਲੈ ਕੀਤਾ ਸੜਪ ਦਾ ਸੀ ਬਈ ਤਾਈ ਉਹ ਰੱਤੀ ਦੇ ਸੰਗ ਰਿਹਾ ਜੋ ਗੁਰ ਭੈਣਾ ਕੌੜੀ ਵੇਖ ਜਿਹੜਾ ਫਲ ਦੇਵੇ ਬਿਨਾਂ ਫੁੱਲ ਤੋਂ ਲੋਹੀ ਦਾ ਰੋਹ ਭੈਣਾ ਅਗਲੇ ਨਸਾਬੇ ਬਿਨਾਂ ਸਰਕਾਰ ਵੀ ਭੈਣੀ ਦਿਆ ਧਰਮ ਤੋਂ ਬਿਨਾਂ ਮਨੁੱਖ ਭੈਣਾ ਕਿੰਨਾ ਜਿਗਾ ਬਰਾਬਰ ਕਹਿਣ ਸਿਆਣੇ ਬਈ ਲੱਗਿਆ ਦੇ ਮੁਹੰਮੇ ਦਾ ਦੁੱਖ ਭੈਣਾ। ਆਓ ਇੱਕ ਵਾਰ ਦਿਓ ਪਿਆਰ ਦਾ ਸਬੂਤ ਰਸਨਾ ਖਲੋ ਪਵਿੱਤਰ ਬਲਾਓ ਫਤਿਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਕੌਮਾਂ ਦੀ ਜਿੰਦਿਆਂ ਹੋਇਆ ਕਰਦੀਆਂ ਨੇ ਇੱਕੋ ਇੱਕ ਦੇਸ਼ ਕੌਮ ਦਾ ਕੋਈ ਨੂੰ ਰੀਗਾ ਇਤਿਹਾਸ ਜੇ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਗਏ ਤਾਂ ਸਾਡੀ ਕੌਮ ਨੂੰ ਸਾਡੀ ਪੀੜ੍ਹੀ ਨੂੰ ਇਹੋ ਜਿਹਾ ਘਾਟਾ ਪੈ ਸਕਦਾ ਜਿਹੜਾ ਕਿ ਇਨਸਾਨ ਦੀ ਜ਼ਿੰਦਗੀ 'ਚ ਕਦੇ ਪੂਰਾ ਨਹੀਂ ਹੋ ਸਕਦਾ। ਲੱਖ ਕਤਲ ਕਰੀਏ ਮੁਰਗਾ ਭਾਂਡੇ ਵਿੱਚ ਪਵੇ ਜੇਕਰ ਦਿਨ ਦਰਿਆ ਦੇ ਵਿੱਚ ਪੀਤਾ ਪੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਕਭਾਗ ਦੀ ਮੰਤਰਾਂ ਮਸਲਾਂ ਦੀਵਾ ਨਹੀਂ ਬਲਦਾ ਫਿਰ ਬੱਤਿਓ ਦੀਵਾ ਉਸ ਕੌਮ ਦਾ ਪਾਰਦਾ ਰੱਬ ਨਾ ਕਰੇ ਜਿਹੜੀ ਕੌਮ ਇਤਿਹਾਸ ਨੂੰ ਤੁਸੀਂ ਤਾਂ ਇੱਥੇ ਆਪਣੀ ਗੁਰਬਾਣੀ ਦੇ ਅੰਦਰ ਫਰਮਾਨ ਕਰ ਰਹੇ ਨੇ ਜਿਹੜੇ ਜਿਹੜੇ ਤਾਂ ਭਰਤੀ ਲੱਗਿਆ ਦਾਦਾ ਕਿਆ ਸੂਰ ਨਹੀਂ ਤਾਂ ਜਿੰਨੀ ਮਾਂ ਹੈ ਕਹੇ ਗਵਾਵੇ ਨੂਰ। ਸੋ ਨੰਨੇ ਮੁੰਨੇ ਬੱਚੇ ਮਾਤਾ ਪਿਤਾ ਦੇ ਗੁਰੂ ਦੇ ਸ਼ਿਕਾਰ ਕਿਹੜੇ ਦੀ ਅਰਮਾ ਕਰਦੇ ਦੀਵੇ ਮੱਖਣ ਦੇ ਆਪਣੇ ਭੈਣਾਂ ਵੱਲੋਂ ਵੀਰਾਂ ਵੱਲੋਂ ਮੈਂ ਤੋਂ ਪਿਆਰਾ ਧੰਨਵਾਦ ਸ਼ੁਕਰ ਯਾਰ ਗੁਰੂ ਮਹਾਰਾਜ ਦੀ ਕਲ ਬਖਸ਼ ਹਰ ਦਰ ਫਤਿਹ ਧੰਨ ਗੁਰੂ ਬਾਜਾਂ ਵਾਲੇ ਪ੍ਰੀਤਮ ਦੇ ਵਿੱਚ ਇਹ ਤਿੰਨ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਨਾਲ ਸਨ ਦਾਦੇ ਵੀ ਸਨ ਭਗਤ ਵੀ ਸਨ ਅਤੇ ਦਾਨੀ ਵੀ ਸਨ। ਸੋ ਸਤਿਗੁਰੂ ਨੇ ਐਸੀ ਕਿਰਪਾ ਕੀਤਾ ਗੁਰੂ ਪਿਆਰਿਓ ਐਸਾ ਦਾਨ ਉਸ ਅਕਾਲ ਪੁਰਖ ਬੰਦੇ ਅਮਰ ਦੀ ਗੁਰਦੀ ਦੇ ਕੇ ਸੱਚ ਦੇ ਜਾ ਪੜਨ ਪੁਜਾਰੀ ਲੋਕੀ ਦੇ
ਤੇਰੀ ਖਾਦ ਜਿਹੜਾ ਸੰਸਾਰ ਨੂੰ ਹੈ ਸੀ ਬੜੀ ਮਸਾਹਤਾਂ ਦੀ ਇੱਥੇ ਤਾਂ ਚੱਲੀ ਸ਼ਹੀਦ ਪਤਨੀ ਸ਼ਹੀਦ ਪਤੀ ਦੇ ਪੈਰ ਦੀ ਸਿੱਧ ਲੈ ਕੇ ਸ਼ਹੀਦ ਪਤਨੀ ਵੀ ਉਸੇ ਮਾਨ ਸਨਮਾਨ ਕਰਦੇ ਹੋਏ ਸੰਗਤ ਸਤਿਗੁਰੂ ਪਾਤਸ਼ਾਹ ਜੋ